ਬਿਸਮਿਲ੍ਲਾ ਰਹਿਮਾਨ ਰਹੀਮ ਅਸਲਾਮ ਅਲੈਕੁਮ। ਉਮੀਦ ਕਰਨਾ ਤੁਸੀਂ ਸਾਰੇ ਠੀਕ ਠਾਕ ਹੋ, ਸੋ ਹੈਰੀਅਤ ਨਾਲ ਸੋ ਅੱਜ ਨਹੀਂ ਵੀਡੀਓ ਨਾਲ ਆਗਾਜ਼ ਕਰਨੇ ਆ। ਅੱਜ ਹੁਣ ਮੈਂ ਇਸ ਵੇਲੇ ਤੁਸੀਂ ਵੀਡੀਓ 'ਚ ਵੀ ਤੱਕ ਰਹੇ ਹੋ ਗਿਆ ਹੋਣੇ, ਪਤਾ ਨਹੀਂ ਕਿੱਥੇ ਪੱਬੀ ਵਿੱਚ ਖਲੋਤੇ ਹਨ। ਅਤੇ ਇਹ ਮੈਂ ਇਸ ਟਾਈਮ ਇੱਧਰ ਉੱਪਰ ਪੱਬੀ ਏਰੀਆ ਹੀ ਆਏ, ਇਹ ਜਿੱਥੇ ਇੱਕ ਵਲਾਗ ਬਣਾਇਆ ਸੀ, ਦੀਵਾਰ ਬਣਾਈ ਸੀ ਪੱਥਰਾਂ ਦੀ, ਤਾਂ ਇੱਧਰ ਆਏ ਹਾਂ ਦੇਖਣ। ਬਾਰਿਸ਼ਾਂ ਕਾਫੀ ਜ਼ਿਆਦਾ ਹੋਈਆਂ ਸੀ ਅਤੇ ਮੈਂ ਚੈੱਕ ਕਰਾਂ ਵੀ ਇਹ ਰੇਤਲੀ ਜਿਹੀ ਜਗ੍ਹਾ ਸੀ, ਕੋਈ ਦੀਵਾਰਾਂ ਸ਼ੇਰਾਂਗੀ, ਕੋਈ ਨੁਕਸਾਨ ਤਾਂ ਨਹੀਂ ਹੋਇਆ, ਲੇਕਿਨ ਇਹ ਹੈ ਕਿ ਸ਼ੁਕਰ ਅੱਲਾ ਨਾਲ ਬਿਲਕੁਲ ਠੀਕ ਹਨ। ਬਾਰਿਸ਼ਾਂ ਇਸ ਦਫ਼ਾ ਬਹੁਤ ਜ਼ਿਆਦਾ ਹੋਈਆਂ, ਤਾਂ ਪਾਕਿਸਤਾਨ ਨੇ ਕਾਫੀ ਇਲਾਕਿਆਂ ਵਿੱਚ ਜਿਹੜਾ ਇਹ ਸੈਲਾਬ ਆਏ ਆ ਤਾਂ ਬਹੁਤ ਜ਼ਿਆਦਾ ਨੁਕਸਾਨ ਕੀਤਾ ਸੀ, ਲੇਕਿਨ ਇਹ ਹੈ ਕਿ ਸਾਡਾ ਇਹ ਜਿਤਨਾ ਵੀ ਇਲਾਕਾ ਹੈ, ਇਹ ਜਿਹੜਾ ਏਰੀਆ ਹੈ, ਇਹ ਸਾਰਾ ਇੱਥੇ ਇੱਕ ਤਾਂ ਨਿਕਾਸੀ ਵੀ ਠੀਕ ਹੈ, ਇਹ ਹੈ ਕਿ ਸਾਡਾ ਜਿਤਨਾ ਵੀ ਇਲਾਕਾ ਹੈ ਇਹ ਉੱਚਾਈ ਤਾਂ ਵਾਕਿਆ ਹੈ, ਤਾਂ ਸ਼ੁਕਰ ਹੈ ਅੱਲਾ ਨਾਲ ਸਾਡਾ ਇਲਾਕਾ ਜਿਹੜਾ ਮਹਿਫੂਜ਼ ਹੈ। ਇਹ ਦੀਵਾਰ ਬਣਾਈਆਂ ਸੀ ਉਸ ਟਾਈਮ, ਤਾਂ ਇਹ ਇਹ ਰੋਡ ਨੇ ਲੈਵਲ ਨਾਲ ਤਕਰੀਬਨ 1.5 ਫੁੱਟ ਉੱਚੀ ਰੱਖੀ ਸੀ, ਅਤੇ ਥੱਲੇ ਤਕਰੀਬਨ ਇਹ 4-5 ਫੁੱਟ ਡੂੰਘੀ ਬਣਾਈ ਸੀ, ਅਤੇ ਇਹ ਨਾਲ ਨਾਲ ਮਿੱਟੀ ਲੱਗੀ ਹੈ, ਇਹ ਹੈ ਬਿਲਕੁਲ ਠੀਕ ਹੈ। ਇਹ ਇਸ ਪਾਸੇ ਜਿਹੜੀ ਹੈ ਮਿੱਟੀ ਸਖਤ ਹੈ, ਉੱਧਰ ਬੈਕ ਸਾਈਡ 'ਤੇ ਜਿਹੜੀ ਹੈ ਉਹ ਰੇਤਲੀ, ਉੱਧਰ ਵੀ ਚੈੱਕ ਕਰਨੇ ਹਾਂ। ਇਹ ਵੀ ਹੈ, ਇਹ ਸਾਰੀ ਦੀਵਾਰ ਬਣੀ ਹੈ, ਇਹ ਬਿਲਕੁਲ ਠੀਕ ਹੈ, ਕੋਈ ਨਹੀਂ, ਕੋਈ ਨੁਕਸਾਨ ਨਹੀਂ ਹੋਇਆ ਇਸ ਕੀ, ਜਿਸ ਤਰ੍ਹਾਂ ਅਸਲ ਡਰ ਸੀ ਕਿ ਰੇਤਲੀ ਜਗ੍ਹਾ ਹੈ, ਪਾਣੀ ਪੈਣਾ ਬੈਠੀ ਨਾ ਹੋਵੇ। ਇੱਧਰੋਂ ਇਹ ਵੀ ਹੈ, ਇੱਧਰ ਵੀ ਠੀਕ ਹੈ, ਇੱਥੇ ਤੱਕ ਬਣਾਈ ਸੀ, ਬਾਕੀ ਇਹ ਰੇਤ ਥੱਲੇ ਆ ਗਈ ਹੈ ਇੱਥੇ ਵੀ ਥੱਲੇ ਹੈ, ਅਤੇ ਇਹ ਜਿਹੜਾ ਏਰੀਆ ਹੈ ਇਹ ਸਾਰੇ ਤਕਰੀਬਨ ਪੱਬੀ ਏਰੀਆ ਗਾ। ਇੱਧਰ ਇਹ ਥੱਲੇ ਅੱਗੇ, ਇੱਧਰ ਅੱਗੋਂ ਫਿਰ ਉਹ ਦਸਾਂ ਪੁਲੀਆਂ ਵਾਲੀ ਰੋਡ ਹੈ ਇਸ ਸਾਈਡ ਦਾ, ਇਹ ਥੱਲੇ ਹੁਣ ਇਹ ਇਸ ਇਲਾਕੇ ਇਸ ਏਰੀਏ ਵੱਲ ਵੀ ਬੰਦਿਆਂ ਰੁਝਾਨ ਕਰ ਲਿਆ, ਮਕਾਨ ਸ਼ਾਨ ਬਣਾ ਲਾ ਪਏ ਨੇ ਬੰਦੇ ਕਾਫੀ। ਅੱਗੇ ਇੱਧਰ ਹਸਪਤਾਲ ਬਣਨਾ ਪਈ, ਬੁਲਾ ਗਏ ਤੁਸੀਂ ਦੱਸਿਆ ਸੀ ਥੋੜ੍ਹਾ ਜਿਹਾ ਅੱਗੇ ਇੱਥੇ ਛਪੜਾ ਤਾ, ਅਤੇ ਉਸ ਵਜ੍ਹਾ ਤੋਂ ਜਿਹੜਾ ਇੱਥੋਂ ਰੋਡ ਵੀ ਹੈ ਨਿਕਲੀ ਹੈ ਮੈਨ, ਅਤੇ ਬੰਦੇ ਆਸਤਾ ਆਸਤਾ ਇੱਧਰ ਜਿਹੜਾ ਰੁਝਾਨ ਕੱਢ ਲਾ ਪਏ ਨੇ, ਮਕਾਨ ਸ਼ਾਨ ਬਣਾ ਲਾ ਪਏ ਨੇ, ਇੱਧਰ ਵੀ ਬਣੇ ਹਨ ਮਕਾਨ। ਇੱਕ ਮੇਰਾ ਦੋਸਤ ਹੈ, ਉਹਨਾਂ ਅੱਜ ਇਫਤਤਾਹ ਸੀ ਦੁਕਾਨ ਦਾ, ਤਾਂ ਉਸ ਵੀ ਆਖਿਆ ਸੀ ਕਿ ਅੱਜ ਆਵੇ ਇਫਤਤਾਹ ਹੈ, ਤਾਂ ਹੁਣ ਚੱਲਿਆ ਬਾਜ਼ਾਰ, ਤਾਂ ਹੁਣ ਜਾ ਕੇ ਤੁਹਾਨੂੰ ਬਾਜ਼ਾਰ ਹੀ ਮਿਲਣੇ ਆ। ਇਹ ਕਾਫੀ ਉੱਚਾਈ ਤਾਂ ਵਾਕਿਆ, ਤਾਂ ਇੱਥੇ ਕਾਫੀ ਵੱਡੀ ਢਲਾਣ ਹੈ, ਹੁਣ ਮੋਟਰਸਾਈਕਲ ਮੈਂ ਸਟਾਰਟ ਕੋਈ ਨਹੀਂ ਕੀਤੇ ਆ, ਤਾਂ ਢਲਾਣ ਨਹੀਂ ਵਜ੍ਹਾ ਤੂੰ ਇਹ ਮੋਟਰਸਾਈਕਲ ਜਾ ਰਿਹਾ, ਤਾਂ ਚੈੱਕ ਕਰਦੇ ਹਾਂ ਕਿੱਥੇ ਤੱਕ ਜਾਣਾ। ਅਤੇ ਹੁਣ ਇੱਧਰ ਹੈ ਬੰਦਿਆਂ ਮਕਾਨ ਬਣਾਉਣੇ ਸ਼ੁਰੂ ਕਰ ਦਿੱਤੇ ਹਨ, ਮੋਟਰਸਾਈਕਲ ਕੋਲ ਨਹੀਂ ਸੀ ਸਟਾਰਟ, ਇਤਨੀ ਜ਼ਿਆਦਾ ਢਲਾਣ ਹੈਗੇ ਇੱਥੇ ਥੱਲੇ ਪਹੁੰਚ ਆਏ ਹਾਂ, ਅਤੇ ਹੁਣ ਮੋਟਰਸਾਈਕਲ ਸਟਾਰਟ ਕਰ ਲਿਆ, ਰੋਡ 'ਤੇ ਆ ਗਏ ਹਾਂ। ਨਹਿਰ ਬਾਰਿਸ਼ ਨਹੀਂ ਵਜ੍ਹਾ ਤੋਂ ਜਿਹੜਾ ਨਹਿਰ ਨਾਲ ਪਾਣੀ ਵੀ ਹਜੇ ਤੱਕ ਗੰਦਾ ਹੀ ਹੈ, ਸਾਫ਼ ਹੋਏ ਕੋਈ ਨਹੀਂ। ਇੱਥੇ ਪੁੱਜ ਆਏ ਹਾਂ ਜੀ ਸ਼ਕਰੀਲਾ ਸ਼ਰੀਫ, ਅਤੇ ਅਲ ਇਜ਼ਾਨ ਫਰਨੀਚਰ ਬਾਬਰ ਅੱਜ ਇਫਤਤਾਹ ਸੀ ਦੁਕਾਨ ਨਾਲ, ਅਤੇ ਰੇਗਾਂ ਵੀ ਤਿਆਰ ਹੋ ਗਈਆਂ ਨੇ, ਚਾਵਲ ਤਿਆਰ ਹੋ ਗਏ। ਬਹੁਤ ਹੀ ਪਿਆਰੇ ਭਾਈ ਜੀ, ਜਨਾਬ ਠੀਕ ਹੋ? ਜਿਹੜੀ ਦੇਖ ਸੀ ਉੱਧਰ ਉਹ ਰਾਖਾ ਨਹੀਂ ਸ਼ੋਰੂਮ ਦਾ, ਹੁਣ ਦੂਈ ਇੱਥੋਂ ਚੁੱਕਾ ਲੈਣ। ਇਹ ਭਾਈ ਜਾਨ ਬੋਲ ਨਹੀਂ ਸਕਣੇ, ਤੇ ਬਹੁਤ ਹੀ ਪਿਆਰੇ, ਬਹੁਤ ਇੰਟੈਲੀਜੈਂਟ, ਸਾਰੀ ਮਾਰਕੀਟ ਨਾਲ ਇਹਨਾਂ ਕੋਲ ਹੀ ਹੈ। ਤੇ ਅੱਗੇ ਪੁੱਛ ਰਹੇ ਸੀ ਕਿ ਵੀਡੀਓ ਕਿਉਂ ਬਣਾ ਰਹੇ ਹੋ, ਤੁਹਾਨੂੰ ਸਮਝਾਇਆ ਕਿ ਯੂਟਿਊਬ 'ਤੇ ਲਾਉਣੀ ਹੈ। ਫਰਨੀਚਰ ਸ਼ੋਰੂਮ ਸ਼ਕਰੀਲਾ ਸ਼ਰੀਫ ਜੀ, ਮੰਨੇ ਇੱਧਰ ਕੁਝ ਬਹਿ ਗਏ, ਸ਼ੋਰੂਮ ਤੁਸੀਂ ਚੈੱਕ ਕਰਾਉਣੇ ਆ ਜਨਾਬ ਹੁਣ। ਇੱਧਰ ਸੋਫੇ ਲੱਗੇ,
इस साइड का बेड जनाब, बिजली गई सी बाहर खत्म ने दौरान तो बिजली कौन सी होने है, बिजली आ गई है तुसें। चलो अंदरू इधर पानी शानी रखे है जनाब। हाँ जी वाह जी, क्या हाल है, ठीक हो? तो बंदे शंदे बह गए जनाब सारे। तो बाद होना है जुतियां बिहानियां लग गए हाँ बड़ियां नो चेंज करानियां। एक नंबर जड़ा वड़ा लेना है छोटा सी, मगर उन्हें टाइम ही होने वाला है। पहले जड़ा सी 26 सी, ये हम 27 नंबर जड़ा है ले लिया, चेंज करा लिया। जुतियां भी चेंज करा लिया। ते आज नी वीडियो ने इत्थे इख्तिताम करने आ, मिलने आ नैक्सट वीडियो च। अल्लाह हाफिज़।